ਬਠਿੰਡਾ ਦੇ SSD ਗਰਲਜ਼ ਕਾਲਜ ਵਿੱਚ ਵਿਦਿਆਰਥਣਾਂ ਵੱਲੋਂ ਬਿੱਟ ਫੈਸਟ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਵਿੱਚ 14 ਕਾਲਜਾਂ ਨੇ ਹਿੱਸਾ ਲਿਆ। ਵਿਦਿਆਰਥਣਾਂ ਨੇ ਆਪਣਾ ਟੈਲੈਂਟ ਦਿਖਾਉਂਦੇ ਹੋਏ ਸਟੋਨ ਪੇਂਟਿੰਗ, ਪੇਪਰ ਪੇਂਟਿੰਗ ਅਤੇ ਹੋਰ ਕਈ ਕਿਸਮ ਦੀਆਂ ਕਲਾਕ੍ਰਿਤੀਆਂ ਬਣਾਈਆਂ। ਵਿਦਿਆਰਥਣਾਂ ਵੱਲੋਂ ਖਾਣਾ ਵੀ ਖੁਦ ਬਣਾਇਆ ਗਿਆ, ਜੋ ਕਿ ਪਲਾਸਟਿਕ ਮੁਕਤ ਰੱਖਿਆ ਗਿਆ ਸੀ, ਜਿਸ ਵਿੱਚ ਪਲਾਸਟਿਕ ਦਾ ਕੋਈ ਵੀ ਬਰਤਨ ਨਹੀਂ ਵਰਤਿਆ ਗਿਆ। ਮਾਨਯੋਗ ਸੈਸ਼ਨ ਜੱਜ ਵਰਿੰਦਰ ਅਗਰਵਾਲ ਪ੍ਰੋਗਰਾਮ ਦੇਖਣ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹੋਏ ਸਨ। SSD ਵੂਮੈਨ ਇੰਸਟੀਚਿਊਟ ਆਫ ਬਠਿੰਡਾ ਦੇ ਵਿੱਚ ਅੱਜ ਜੋ ਵਿੱਟ ਫੈਸਟ ਮਨਾਇਆ ਜਾ ਰਿਹਾ, ਇਹ ਇੱਕ ਐਕਚੁਅਲੀ AICET ਦੀ ਜਿਹੜੀ ਹੈਗੇ ਆ ਉਹਦਾ ਇੱਕ ਪ੍ਰੋਗਰਾਮ ਹੈ, ਜੋ ਅਸੀਂ ਇੰਟਰ ਕੋਲਜ ਵਿੱਟ ਫੈਸਟ ਜਿਹੜਾ ਹੈਗਾ ਇਹਦੇ ਵਿੱਚ 14 ਕੋਲਜਿਸ ਨੇ ਪਾਰਟੀਸਪੇਟ ਕੀਤਾ, 14 ਕੋਲਜਿਸ ਦੇ ਬੱਚੇ ਆਏ ਨੇ ਔਰ ਬੱਚਿਆਂ ਨੇ ਆਪਣਾ ਟੈਲੈਂਟ ਦਿਖਾਇਆ। ਬਹੁਤ ਹੀ ਵਧੀਆ ਬੱਚਿਆਂ ਦੇ ਜੋ ਟੈਲੈਂਟ ਸੀਗਾ, ਚਾਹੇ ਤਾਂ ਉਹ ਸਟੋਨ ਪੇਂਟਿੰਗ ਸੀ, ਫੇਸ ਪੇਂਟਿੰਗ ਸੀ, ਇੱਕ ਪੇਪਰ ਡਰੈਸ ਸੀ ਔਰ ਹੋਰ ਇਸ ਤਰ੍ਹਾਂ ਦੇ ਕਈ ਉਹ ਸੀਗੇ। ਇੱਕ ਉਸ ਤੋਂ ਬਾਅਦ ਬੱਚਿਆਂ ਨੇ ਸਟਾਲਜ਼ ਵੀ ਲਗਾਈਆਂ ਸੀਗੀਆਂ ਖਾਣ ਪੀਣ ਦੀਆਂ, ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਜੋ ਖਾਣ ਪੀਣ ਦੀਆਂ ਜਿੰਨੀਆਂ ਸਟਾਲਜ਼ ਲਗਾਈਆਂ ਸੀਗੀਆਂ ਉਹ ਬੱਚਿਆਂ ਨੇ ਖਾਣ ਪੀਣ ਦਾ ਸਮਾਨ ਸਾਰਾ ਖੁਦ ਤਿਆਰ ਕੀਤਾ ਸੀਗਾ। ਔਰ ਜੋ ਅੱਜ ਕੱਲ੍ਹ ਚੱਲ ਰਿਹਾ ਕਿ ਪਲਾਸਟਿਕ ਫ੍ਰੀ ਕਰਨਾ ਹੈ, ਤਾਂ ਜਿੰਨੀਆਂ ਵੀ ਸਟਾਲਜ਼ ਵਗੈਰਾ ਲੱਗੀਆਂ ਤਾਂ ਅਸੀਂ ਉਹਦੇ ਵਿੱਚ ਕਿਤੇ ਵੀ ਬੱਚਿਆਂ ਨੇ ਕੋਈ ਪਲਾਸਟਿਕ ਯੂਜ਼ ਨਹੀਂ ਕੀਤਾ। ਤਾਂ ਪ੍ਰੋਗਰਾਮ ਬਹੁਤ ਅੱਛਾ ਰਿਹਾ। ਸਾਡੇ ਅੱਜ ਦੇ ਚੀਫ ਗੈਸਟ ਸ਼੍ਰੀ ਵਰਿੰਦਰ ਅਗਰਵਾਲ ਜੀ, ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਰਨਾਲਾ, ਉਹਨਾਂ ਨੇ ਸਾਨੂੰ ਬੜਾ ਟਾਈਮ ਦਿੱਤਾ ਅੱਜ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਅਤੇ ਓਵਰਆਲ ਪ੍ਰੋਗਰਾਮ ਬੱਚਿਆਂ ਦਾ ਜੋ ਇਸ ਤਰ੍ਹਾਂ ਦੇ ਪ੍ਰੋਗਰਾਮ ਹੈਗੇ ਆ ਇਹਦੇ ਵਿੱਚ ਬੱਚਿਆਂ ਦਾ ਹਿਡਨ ਟੈਲੈਂਟ ਜਿਹੜਾ ਹੈਗਾ ਉਹ ਬਾਹਰ ਆਉਂਦਾ, ਤਾਂ ਮੈਨੂੰ ਖੁਸ਼ੀ ਹੈ ਕਿ ਇਹ ਪ੍ਰੋਗਰਾਮ ਅਸੀਂ ਔਰਗਨਾਈਜ਼ ਕੀਤਾ, ਇਹ ਮੌਕਾ ਸਾਨੂੰ ਮਿਲਿਆ, ਤਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਤੋਂ ਵੀ ਹੁੰਦੇ ਰਹੇ। ਥੈਂਕ ਯੂ।